ਨਵੇਂ ਸਾਲ ਦੀ ਆਮਦ ਅਤੇ ਸਰਬੱਤ ਦੇ ਭਲੇ ਲਈ ਸਿਵਲ ਸਰਜਨ ਦਫ਼ਤਰ ਅਤੇ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਵੀ ਸਰਵਣ ਕਰਵਾਇਆ ਗਿਆ। ਗੱਲਬਾਤ ਕਰਦਿਆਂ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਨੂੰ ਨਵੇਂ ਸਾਲ 'ਤੇ ਹੋਰ ਬਿਹਤਰ ਸੇਵਾਵਾਂ ਦੇਣ, ਮਰੀਜ਼ਾਂ ਅਤੇ ਹੋਰਨਾਂ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਹਰ ਕੰਮ ਨੂੰ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਸੇਵਾ ਕਰਨੀ ਜਨਤ ਪ੍ਰਥਮੇ ਆ, ਕਿਉਂਕਿ ਲੋਕਾਂ ਦਾ ਪਹਿਲਾਂ ਸਾਡੀ ਸੇਵਾ ਕਰਨਾ ਹੀ ਸਾਡਾ ਧਰਮ ਆ, ਕਿਉਂਕਿ ਹੈਲਥ ਡਿਪਾਰਟਮੈਂਟ ਆ, ਸਿਹਤ ਵਿਭਾਗ ਆ, ਲੋਕਾਂ ਦੇ ਨਾਲ ਜੁੜਿਆ ਹੋਇਆ ਹੈ, ਮਰੀਜ਼ਾਂ ਦੀ ਅਸੀਂ ਸੇਵਾ ਕਰਨੀ ਆ। ਔਰ ਅਸੀਂ ਇਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਗੁਰਦੁਆਰਾ ਹਰਜੀ ਸਾਹਿਬ ਦੇ ਹੈੱਡ ਗ੍ਰੰਥੀ ਦੇ ਕੀਤੇ ਹੈੱਡ ਗ੍ਰੰਥੀ ਯਥਾ ਜੀ। ਨਵੇਂ ਸਾਲ 'ਤੇ ਅਸੀਂ ਹਰੇਕ ਸਾਲ ਜਿਹੜਾ ਹੈਗਾ ਮਹਾਰਾਜ ਦਾ ਵੋਟ ਆਸਰਾ ਲੈ ਕੇ ਜਿਹੜਾ ਹੈਗਾ ਅਖੰਡ ਪਾਠ ਰਖਾਏ ਸੀਗੇ, ਉਹਨਾਂ ਦੇ ਅੱਜ ਭੋਗ ਪਏ ਨੇ। ਅਤੇ ਆਪਣੇ ਜਿੰਨੇ ਵੀ ਸਮੂਹ ਸਾਡਾ ਸਟਾਫ ਸੀਗਾ ਸਾਰਾ ਹਾਜ਼ਰ ਸੀਗਾ, ਔਰ ਉਹਨਾਂ ਨੇ ਮਹਾਰਾਜ ਦਾ ਵੋਟ ਆਸਰਾ ਲੈ ਕੇ ਅੱਜ ਜਿਹੜਾ ਹੈਗਾ ਇਹ ਰਣ ਲਿਆ ਹੈਗਾ ਕਿ ਨਵੇਂ ਸਾਲ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਜਿਹੜੇ ਨੇ ਕੰਮਕਾਰ ਨੇ ਉਹ ਅਸੀਂ ਤਸੱਲੀ ਬਖਸ਼ ਕਰ ਸਕੀਏ।